ਪਰਮ ਪਰਮ ਸਤਿਕਾਰ ਸਤਿਕਾਰਯੋਗ ਯੋਗ ਸਾਧ ਸਾਧ ਸੰਗਤ ਸੰਗਤ ਜੀ, ਜੀ ਅੱਜ ਸ਼ਾਇਦ ਬੜੇ ਸਾਲਾਂ ਬਾਅਦ ਇਸ ਪਿੰਡ ਵਿੱਚ ਇਸ ਤਰ੍ਹਾਂ ਮੇਲੇ ਦੇ ਰੂਪ ਵਿੱਚ ਸਾਧ ਸੰਗਤ ਦੇ ਰੂਪ ਵਿੱਚ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਤੁਸੀਂ ਪਿਛਲੇ 1.5-2 ਘੰਟਿਆਂ ਤੋਂ ਹਰਜਸ ਸੁਣ ਰਹੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਦੀ ਉਸਤਤ ਸੁਣ ਰਹੇ ਹੋ। ਆਓ ਇੱਕ ਵਾਰੀ ਉਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰੀਏ, ਜਿਨ੍ਹਾਂ ਦੀ ਦਿੱਤੀ ਹੋਈ ਇਹ ਸਿੱਖੀ, ਜਿਨ੍ਹਾਂ ਦੀ ਸ਼ੁਰੂ ਕੀਤੀ ਹੋਈ ਇਹ ਦੇਣ, ਅਤੇ ਚੱਲਦੇ ਹੋਏ ਜਿਨ੍ਹਾਂ ਸਾਰੇ ਗੁਰੂਆਂ ਦੇ ਆਪਾਂ ਦਿਨ ਮਨਾਉਂਦੇ ਹਾਂ, ਪਰ ਜਿਸ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤੀ ਹੈ, ਇੱਕ ਵਾਰੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਏ ਆਖੀਏ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਸਤਿ ਸੰਗਤ ਜੀ, ਇਹ ਸਿੱਖੀ ਵਡਮੁੱਲੀ ਹੈ। ਇਹ ਸਿੱਖੀ ਜੋ ਗੁਰੂ ਨਾਨਕ ਦੇਵ ਨੇ ਸ਼ੁਰੂ ਕੀਤੀ ਹੈ, ਜੋ ਉਹਨਾਂ ਨੇ ਕਿਰਪਾ ਕੀਤੀ, ਉਹ ਵਹਿਮਾਂ ਭਰਮਾਂ ਤੋਂ ਉੱਪਰ ਹੈ। ਜਿੱਥੇ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ, ਦੇਣ ਵਾਲਾ ਇੱਕ ਹੈ। ਗੱਲਾਂ ਕਰਦਿਆਂ ਕਰਦਿਆਂ ਆਪਾਂ ਕਰਦੇ ਹਾਂ, ਸਿੱਖ ਵੀ ਜਦੋਂ ਅਸੀਂ ਭੁੱਲ ਜਾਂਦੇ ਹਾਂ, ਜਦੋਂ ਸਾਡੇ 'ਤੇ ਕੋਈ ਮੁਸ਼ਕਲ ਆਉਂਦੀ ਹੈ, ਜਦੋਂ ਆਪਾਂ ਮਾਇਆ ਦੇ ਵਿੱਚ ਭਰਮ ਜਾਂਦੇ ਹਾਂ, ਕਦੀ ਆਪਾਂ ਵੀ ਕਬਰਾਂ 'ਤੇ ਚਲੇ ਜਾਂਦੇ ਹਾਂ, ਕਦੀ ਆਪਾਂ ਵੀ ਪੀਰਾਂ ਕੋਲ ਚਲੇ ਜਾਂਦੇ ਹਾਂ, ਕਦੀ ਆਪਾਂ ਵੀ ਤਬੀਤ ਕਰਾਉਣ ਚਲੇ ਜਾਂਦੇ ਹਾਂ, ਪਰ ਮੁੜ ਮੁੜ ਕੇ ਸੱਚੇ ਪਾਤਸ਼ਾਹ ਨੇ ਇਹੋ ਹੀ ਸਾਨੂੰ ਸਮਝਾਇਆ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਇਸ ਕਰਕੇ ਸਿੱਖੀ ਦਾ ਸਾਰਿਆਂ ਤੋਂ ਪਹਿਲਾਂ ਇਹ ਬਹੁਤ ਵੱਡਾ ਅਸੂਲ ਹੈ ਕਿ ਉਹ ਦੇਣ ਵਾਲਾ ਇੱਕ ਹੈ। ਉਸ ਦੇਣ ਵਾਲੇ ਤੋਂ ਬਿਨਾਂ ਅਸੀਂ ਸਾਰਿਆਂ ਥਾਵਾਂ 'ਤੇ ਸਤਿਕਾਰ ਕਰਦੇ ਹਾਂ। ਇਹ ਨਹੀਂ ਕਿ ਅਸੀਂ ਕਿਸੇ ਦਾ ਸਤਿਕਾਰ ਨਹੀਂ ਕਰਨਾ, ਅਸੀਂ ਕਿਸੇ ਸਾਧੂ ਸੰਤ ਦਾ ਸਤਿਕਾਰ ਨਹੀਂ ਕਰਨਾ, ਅਸੀਂ ਕਿਸੇ ਗੁਰੂ ਪੀਰ ਦਾ ਸਤਿਕਾਰ ਨਹੀਂ ਕਰਨਾ, ਪਰ ਜਿਹੜਾ ਇੱਕ ਥਾਂ ਹੈ, ਜਿਹੜਾ ਮੇਰੇ ਸਤਿਗੁਰੂ ਦਾ ਥਾਂ ਹੈ, ਜਿਹੜਾ ਮੇਰਾ ਗੁਰੂ ਨਾਨਕ ਦੇਵ ਦਾ ਥਾਂ ਹੈ, ਜਿਹੜਾ ਮੇਰਾ ਸਤਿਗੁਰੂ ਰਾਮ ਸਿੰਘ ਦਾ ਥਾਂ ਹੈ, ਉਹ ਮੇਰਾ ਇੱਕ ਥਾਂ ਹੈ, ਦੇਣ ਵਾਲਾ ਮੇਰਾ ਇੱਕ ਹੈ। ਉਹ ਸਾਰਿਆਂ ਨੂੰ ਦਿੰਦਾ, ਉਹ ਉਹਨੂੰ ਵੀ ਦਿੰਦਾ ਜਿਹੜਾ ਉਹਨੂੰ ਨਹੀਂ ਵੀ ਮੰਨਦਾ। ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਹੁਕਮ ਕਰਦੇ ਨੇ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਉਹ ਫਿਰ ਵੀ ਸਾਨੂੰ ਦੇਣੋਂ ਨਹੀਂ ਹਟਦਾ। ਸੋ ਪਹਿਲਾ ਅਸੂਲ ਸਿੱਖੀ ਦਾ ਇਹ ਹੈ ਕਿ ਸਾਡਾ ਕੋਈ ਵੀ ਸਿੱਖ ਜਿਹੜਾ ਉਹ ਕਿਤੇ ਹੋਰ ਮੰਗਣ ਨਾ ਜਾਵੇ, ਜਿਹਦਾ ਦੁਆਰਾ ਇੰਨਾ ਉੱਚਾ, ਜਿਹੜਾ ਗੁਰੂ ਨਾਨਕ ਦੇ ਚਰਨੀ ਲੱਗਾ ਹੋਇਆ, ਉਹ ਕਿਤੇ ਹੋਰ ਮੰਗਣ ਨਹੀਂ ਜਾਂਦਾ। ਉਹਦਾ ਸਿਰ ਜ਼ਰੂਰ ਸਤਿਕਾਰ ਵਿੱਚ ਝੁੱਕ ਸਕਦਾ, ਪਰ ਉਹਦਾ ਸਿਰ ਕਿਤੇ ਮੰਗਣ ਵਾਸਤੇ ਨਹੀਂ ਝੁੱਕਦਾ, ਕਿਉਂਕਿ ਉਹਨੂੰ ਹੋਰ ਕਿਤੋਂ ਮੰਗਣ ਦੀ ਲੋੜ ਹੀ ਨਹੀਂ। ਸਿੱਖੀ ਤਾਂ ਇੱਕ ਜੀਵਨ ਜਾਚ ਹੈ, ਇੱਕ ਸੱਚਾ ਸੁੱਚਾ ਜੀਵਨ ਚੱਲਣ ਦਾ ਰਸਤਾ ਹੈ। ਬੜੇ ਹੀ ਇੱਕ ਵਾਰੀ ਫਿਰ ਯਾਦ ਕਰੀਏ, ਜਿਸ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਰੂਪ ਦਿੱਤਾ ਹੈ, ਜਿਨ੍ਹਾਂ ਨੇ ਤੁਹਾਨੂੰ ਇੱਕ ਵੱਖਰੀ ਆਈਡੈਂਟੀ ਦੇਣ ਦੀ ਲੋੜ ਪਈ, ਜਦੋਂ ਇਹ ਫੌਜ ਦੇ ਰੂਪ ਵਿੱਚ ਸਿੱਖੀ ਸਾਜਣ ਦੀ ਲੋੜ ਪਈ, ਉਸ ਸੱਚੇ ਪਾਤਸ਼ਾਹ ਸਰਬੰਸਦਾਨੀ ਸਤਿਗੁਰੂ ਨੂੰ ਯਾਦ ਕਰਦੇ ਹੋਏ ਇੱਕ ਵਾਰੀ ਆਖੀਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਮੈਨੂੰ ਇਹ ਸਰੂਪ ਦਿੱਤਾ, ਜਿਨ੍ਹਾਂ ਨੇ ਇਹ ਮਰਿਆਦਾ ਦਿੱਤੀ ਹੈ, ਕਿਉਂਕਿ ਉਸ ਵੇਲੇ ਇਹ ਸਰੂਪ ਦੇਣ ਦੀ ਲੋੜ ਸੀ, ਇਹ ਮੁਗਲਾਂ ਨਾਲ ਲੜਨ ਵਾਸਤੇ ਇਹ ਸਰੂਪ ਦੇਣ ਦੀ ਲੋੜ ਸੀ। ਇਹ ਉਦੋਂ ਸੀ ਕਿਉਂਕਿ ਸਿੱਖੀ ਜਿਹੜੀ ਹੈ ਉਹ ਸ਼ੁਰੂ ਹੀ ਨਿਰਮਾਣਤਾ ਤੋਂ ਹੁੰਦੀ ਹੈ। ਉਹ ਸੱਚੇ ਪਾਤਸ਼ਾਹ ਹੁਕਮ ਹੀ ਕਰਦੇ ਨੇ, ਸਾਧੋ ਮਨ ਕਾ ਮਾਨ ਤਿਆਗੋ। ਅਸੀਂ ਮਾਨ ਜ਼ਰੂਰ ਤਿਆਗਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਲੇ ਉਹ ਜ਼ਰੂਰਤ ਕੀ ਪਈ, ਸਾਨੂੰ ਆਪਣੇ ਹੱਕ ਵਾਸਤੇ ਲੜਨ ਦੀ ਜ਼ਰੂਰਤ ਪਈ। ਉਹ ਲੜਨ ਵਾਸਤੇ ਹਥਿਆਰ ਚੁੱਕਣ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਇੱਕ ਉਸ ਟਾਈਮ ਦੀ ਜ਼ਰੂਰਤ ਸੀ, ਜਿਸ ਕਰਕੇ ਸਾਨੂੰ ਇਹ ਵੱਖਰਾ ਰੂਪ ਦਿੱਤਾ।
ਉਹ ਸਿੱਖੀ। ਉਸ ਤੋਂ ਬਾਅਦ ਹੌਲੀ ਹੌਲੀ ਮਹਾਰਾਜ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਫਿਰ ਗਿਰਾਵਟ ਆਈ, ਜਿਸ ਤਰ੍ਹਾਂ ਤੁਸੀਂ ਸੁਣਦੇ ਆਏ ਹੋ। ਉਸ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦੀ ਤੁਸੀਂ ਹੁਣ ਬੜੇ ਚਿਰ ਤੋਂ ਸੋਭਾ ਸੁਣ ਰਹੇ ਹੋ। ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਅਤੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਮੇਰੇ ਮਨ ਵਿੱਚ ਬੈਠਿਆਂ ਬੈਠਿਆਂ ਆਉਂਦਾ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ, ਸੱਚੇ ਪਾਤਸ਼ਾਹ ਨੇ ਜਾਤ ਪਾਤ ਤੋੜ ਕੇ ਅੰਮ੍ਰਿਤ ਛਕਾਇਆ। ਇਹ ਉਹ ਸਮਾਂ ਸੀ ਜਦੋਂ ਇਹ ਸੀ ਕਿ ਬ੍ਰਾਹਮਣਾਂ ਤੋਂ ਬਿਨਾਂ ਆਨੰਦ ਨਹੀਂ ਹੋ ਸਕਦੇ। ਕੁਛ ਰਿਵਾਜ਼ ਚੱਲ ਜਾਂਦੇ ਨੇ, ਆਪੋ ਆਪਣੇ ਸਮੇਂ ਦੇ ਰਿਵਾਜ਼ ਹੁੰਦੇ ਨੇ, ਕੁਝ ਬੜੇ ਪੁਰਾਣੇ ਸਮੇਂ ਤੋਂ ਸਤਯੁਗ ਤੋਂ ਲੈ ਕੇ ਤ੍ਰੇਤੇ ਤੋਂ ਲੈ ਕੇ ਦੁਆਪਰ ਤੋਂ ਚੱਲਦੇ ਨੇ, ਜਦੋਂ ਇਹ ਹੁੰਦਾ ਸੀ ਕਿ ਕੋਈ ਧਰਮ ਦਾ ਕੰਮ ਬ੍ਰਾਹਮਣਾਂ ਤੋਂ ਬਿਨਾਂ ਨਹੀਂ ਹੋ ਸਕਦਾ। ਜਦੋਂ ਕੋਈ ਵੀ ਲੜਨ ਵਾਸਤੇ ਕਸ਼ਤਰੀਆਂ ਤੋਂ ਬਿਨਾਂ ਕੋਈ ਲੜ ਨਹੀਂ ਸਕਦਾ, ਉਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਾਤ ਪਾਤ ਤੋੜ ਕੇ ਸਾਰਿਆਂ ਨੂੰ ਅੰਮ੍ਰਿਤ ਛਕਾਇਆ। ਅਤੇ ਜੇ ਲੜਾਈ ਵੀ ਕੀਤੀ, ਮੁਗਲਾਂ ਨਾਲ ਕੀਤੀ, ਜੇ ਪਹਾੜੀ ਰਾਜਿਆਂ ਨਾਲ ਕੀਤੀ, ਤਾਂ ਉਹਦੇ ਵਿੱਚ ਸਾਰੀਆਂ ਜਾਤਾਂ ਦੇ ਹੀ ਆ ਗਏ, ਸਾਰੀਆਂ ਜਾਤਾਂ ਦੇ ਵੀ ਆ ਗਏ, ਹਿੰਦੂ ਵੀ ਆ ਗਏ, ਮੁਸਲਮਾਨ ਵੀ ਆ ਗਏ। ਸੋ ਮੈਂ ਇਹ ਅਕਸਰ ਕਹਿੰਦਾ ਹੁੰਦਾ, ਜਿਹੜੀ ਚੀਜ਼ ਮੈਨੂੰ ਬੜੀ ਚੰਗੀ ਲੱਗਦੀ ਹੈ ਸਿੱਖ ਧਰਮ, ਉਹ ਹੈ ਜਿੱਥੇ ਕਿਸੇ ਧਰਮ ਦੀ, ਕਿੱਥੇ ਜਾਤ ਪਾਤ ਦੀਆਂ ਕੋਈ ਲੀਕਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ, ਜਿੱਥੇ ਅਸੀਂ ਇੱਕ ਦੇ ਬਣ ਜਾਂਦੇ ਹਾਂ, ਜਿੱਥੇ ਸਾਡੀਆਂ ਲੜਾਈਆਂ ਖਤਮ ਹੋ ਜਾਂਦੀਆਂ ਨੇ। ਮਾਫ਼ ਕਰਨਾ, ਹੁਣ ਵੀ ਬੜੀਆਂ ਲੜਾਈਆਂ ਨੇ, ਕਈ ਇਹ ਕਹਿ ਦਿੰਦੇ ਨੇ ਉਦਾਸੀ ਸਿੱਖ ਨਹੀਂ, ਨਿਰਮਲੇ ਸਿੱਖ ਨਹੀਂ, ਰਾਧਾ ਸਵਾਮੀ ਸਿੱਖ ਨਹੀਂ, ਉਹ ਗੁਰੂ ਨਾਨਕ ਗੁਰੂ ਰਾਮ ਸਿੰਘ ਦੇ ਅਸੀਂ ਸਾਰੇ ਹੀ ਹਾਂ। ਜਿਹੜੇ ਕਹਿੰਦੇ ਨੇ ਕਿ ਨਹੀਂ ਸਿੱਖ ਨਹੀਂ, ਉਹ ਆਪ ਭੁੱਲੇ ਹੋਏ ਨੇ। ਸੋ ਅਸੀਂ ਸਾਰੇ ਹੀ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਹੀ ਸਤਿਗੁਰੂ ਰਾਮ ਸਿੰਘ ਦੇ ਸਿੱਖ ਹਾਂ। ਇਹ ਤਾਂ ਸਾਡਾ ਆਪਣਾ ਜੀਵਨ ਤੁਹਾਡਾ ਕਿੰਨਾ ਉੱਚਾ ਹੈ, ਤੁਸੀਂ ਕਿੱਥੇ ਹੋ। ਇੱਕ ਜਿਹੜੀ ਮੈਂ ਤੁਹਾਡੇ ਨਾਲ ਖਾਸ ਸਾਂਝ ਪਾਉਣਾ ਚਾਹੁੰਦਾ, ਇੱਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਦੀ। ਗੁਰਬਾਣੀ ਦਾ ਸਤਿਕਾਰ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਰਵਾਇਆ। ਜੇ ਅਸੀਂ ਪਿਛਲਿਆਂ ਸਮਿਆਂ ਤੋਂ ਦੇਖ ਲਈਏ, ਗੁਰਬਾਣੀ ਦਾ ਸਤਿਕਾਰ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਰਾਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਹੁਕਮਨਾਮੇ 'ਚ ਹੁਕਮ ਕਰਦੇ ਨੇ, ਸਿੱਖੋ ਨਾਮ ਦੇ ਨਾਲ ਨਾਲ ਗੁਰਬਾਣੀ ਵੀ ਜ਼ਰੂਰ ਪੜ੍ਹਿਆ ਕਰੋ। ਫਿਰ ਇਹ ਹੁਕਮ ਕਰਦੇ ਨੇ, ਜਿਹੜਾ ਇਕੱਲਾ ਨਾਮ ਜਪਦਾ ਕਿਸੇ ਵੇਲੇ ਭੁੱਲ ਕੇ ਡਿੱਗ ਜਾਂਦਾ, ਪਰ ਜਿਹੜਾ ਨਾਮ ਜਪਦਾ ਜਪਦਾ ਨਾਲ ਗੁਰਬਾਣੀ ਪੜ੍ਹਦਾ, ਉਹ ਮੈਂ ਡਿੱਗਦਾ ਨਹੀਂ ਦੇਖਿਆ। ਸੋ ਗੁਰਬਾਣੀ ਵੀ ਜ਼ਰੂਰ ਪੜ੍ਹਿਆ ਕਰੋ। ਮੈਂ ਜੋ ਸਮਝਦਾ, ਜੋ ਮੇਰੀ ਮੱਤ ਹੈ, ਜੇ ਮੈਂ ਗੁਰਬਾਣੀ ਦਾ ਇੱਕ ਸ਼ਬਦ ਵਿੱਚ ਮੈਂ ਅਰਥ ਕਰਾਂ, ਗੁਰਬਾਣੀ ਗੁਰਬਾਣੀ ਕੀ ਹੈ? ਗੁਰਬਾਣੀ ਗਿਆਨ ਹੈ। ਗੁਰਬਾਣੀ ਤੁਹਾਨੂੰ ਗਿਆਨ ਦੱਸਦੀ ਹੈ। ਅਸੀਂ ਰੋਜ਼ ਰੋਜ਼ ਭੁੱਲਦੇ ਹਾਂ, ਰੋਜ਼ ਰੋਜ਼ ਡਿੱਗਦੇ ਹਾਂ। ਕਿਉਂ ਡਿੱਗਦੇ ਹਾਂ? ਕਿ ਇਹ ਮਾਇਆ, ਮਾਇਆ ਵਿੱਚ, ਮਾਇਆ ਨੂੰ ਦੇਖ ਕੇ ਅਸੀਂ ਭੁੱਲ ਜਾਈਦਾ। ਇਹ ਮਾਇਆ ਨੂੰ ਅਸੀਂ ਸੱਚ ਸਮਝਣ ਰਹੇ ਹਾਂ, ਅਸੀਂ ਸੱਚ ਸਮਝ ਕੇ ਡਿੱਗਦੇ ਹਾਂ ਇੱਥੇ। ਪਰ ਜਦੋਂ ਸਾਨੂੰ ਗੁਰਬਾਣੀ ਦੇ ਇੱਕ ਤਰ੍ਹਾਂ ਦਾ, ਗੁਰਬਾਣੀ ਦਾ ਸਾਨੂੰ ਰਸਤਾ ਦਿਖਾਉਂਦੀ ਹੈ, ਅਸੀਂ ਮੁੜ ਕੇ ਵਾਪਸ ਆ ਜਾਂਦੇ ਹਾਂ। ਸੋ ਮੇਰੀ ਇੱਥੇ, ਮੈਂ ਇਸ ਗੱਲ 'ਤੇ ਆਉਣਾ ਚਾਹੁੰਦਾ ਕਿ ਇੱਥੇ ਬੈਠੀ ਸਾਰੀ ਸਾਧ ਸੰਗਤ ਨੂੰ ਮੇਰੀ ਅਰਜ਼ ਹੈ, ਤੁਸੀਂ ਸਿੱਖ ਬੈਠੇ ਹੋ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਬੈਠੇ ਹੋ, ਆਪਣੇ ਬੱਚਿਆਂ ਨੂੰ ਨਾਮ ਅਤੇ ਗੁਰਬਾਣੀ ਨਾਲ ਜ਼ਰੂਰ ਜੋੜੋ। ਇਹ ਤੁਸੀਂ ਜੇ ਬਚਪਨ ਤੋਂ ਜੋੜ ਲਓਗੇ, ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਹਨਾਂ ਦੀ ਹੈ? ਸਭ ਤੋਂ ਪਹਿਲਾਂ ਅਧਿਆਪਕ ਮਾਵਾਂ ਨੇ। ਸੋ ਜਿਹੜੀਆਂ ਸਾਡੀਆਂ ਬੀਬੀਆਂ, ਧੀਆਂ, ਭੈਣਾਂ ਇੱਥੇ ਬੈਠੀਆਂ ਨੇ, ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਨਾਮ ਅਤੇ ਬਾਣੀ ਨਾਲ ਜੋੜੋ, ਬੱਚਿਆਂ ਨੂੰ ਇਸ਼ਨਾਨ ਕਰਾਓ। ਜਿਹੜਿਆਂ ਬੱਚਿਆਂ ਨੂੰ ਆਦਤ ਪੈ ਜਾਏਗੀ, ਇੱਕ ਵਾਰੀ ਨਾਮ ਅਤੇ ਬਾਣੀ ਨਾਲ ਜੁੜ ਜਾਣਗੇ ਬੱਚੇ, ਉਹਨਾਂ ਦਾ ਜੀਵਨ ਉੱਚਾ ਹੋ ਜਾਏਗਾ, ਉਹਨਾਂ ਦਾ ਆਦਰਸ਼ ਉੱਚਾ ਹੋ ਜਾਏਗਾ, ਉਹ ਬੱਚੇ ਡਿੱਗਣਗੇ ਨਹੀਂ, ਉਹਨਾਂ ਦਾ ਵਿਸ਼ਵਾਸ ਹੀ ਨਹੀਂ ਡਿੱਗੇਗਾ। ਜਿਹੜਾ ਬੱਚਾ ਬਚਪਨ ਤੋਂ ਸਿੱਖੀ ਨਾਲ ਜੁੜ ਗਿਆ, ਉਹ ਕਿਉਂ ਕਿਤੋਂ ਮੰਗਣ ਜਾਏਗਾ? ਉਹ ਬੱਚਾ ਕਿਉਂ ਨਸ਼ਾ ਕਰੇਗਾ? ਅਸੀਂ ਕਿਉਂ ਡਿੱਗਾਂਗੇ ਥੱਲੇ?
ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਚਰਨਾਂ ਦੀ ਉਹਨਾਂ ਦੀ ਉਪਦੇਸ਼ ਸੁਣੇ ਨੇ। ਮੈਨੂੰ ਉਹਨਾਂ ਦਾ ਉਪਦੇਸ਼, ਮੈਨੂੰ ਉਹਨਾਂ ਦਾ ਇੱਕ ਬਚਨ ਬੜਾ ਪਿਆਰਾ ਲੱਗਦਾ। ਸੱਚ ਪਾਤਸ਼ਾਹ ਹੁਕਮ ਕਰਦੇ ਨੇ ਭਾਈ ਸਿੱਖ ਬੇਈਮਾਨ ਨਹੀਂ ਹੁੰਦਾ, ਨਾਲ ਹੀ ਕਰਦੇ ਨੇ ਜੇ ਬੇਈਮਾਨ ਹੋ ਜਾਂਦਾ ਤਾਂ ਫਿਰ ਸਿੱਖ ਨਹੀਂ ਰਹਿੰਦਾ। ਸੋ ਬੱਚਿਆਂ ਨੂੰ ਅਸੀਂ ਸਿੱਖ ਬਣਾਈਏ, ਜੇ ਸਾਡੇ ਬੱਚੇ ਸਿੱਖ ਬਣਨਗੇ ਉਹ ਆਪੇ ਹੀ ਚੰਗੇ ਇਨਸਾਨ ਬਣ ਜਾਣਗੇ। ਉਹ ਡੋਲਣਗੇ ਨਹੀਂ, ਉਹ ਚਿੰਤਾ ਨਹੀਂ ਕਰਨਗੇ। ਜਦੋਂ ਉਹ ਪੜ੍ਹਨਗੇ ਮੈਨੂੰ ਦੇਣ ਵਾਲਾ ਮੇਰਾ ਮਾਲਕ ਹੈ, ਜਦੋਂ ਉਹ ਗੁਰਬਾਣੀ ਨਾਲ ਜੁੜਨਗੇ ਮੈਂ ਚਿੰਤਾ ਕਿਉਂ ਕਰਾਂ, ਤਾਂ ਬੱਚੇ ਤੁਹਾਡੇ ਚਿੰਤਾ ਤੋਂ ਮੁਕਤ ਹੋ ਜਾਣਗੇ, ਬੱਚੇ ਤੁਹਾਡੇ ਡਿਪਰੈਸ਼ਨ ਤੋਂ ਬਚ ਜਾਣਗੇ, ਬੱਚੇ ਤੁਹਾਡੀਆਂ ਬੜੀਆਂ ਚੀਜ਼ਾਂ 'ਚੋਂ ਬਚ ਜਾਣਗੇ। ਸੋ ਇਹ ਜੀਵਨ ਜਾਂਚ ਹੈ, ਇਹ ਸਿਰਫ ਇਹ ਨਹੀਂ ਕਿ ਮੈਂ ਇਸ ਕਰਕੇ ਕਿ ਮੈਂ ਇੱਕ ਸਿੱਖ ਘਰ ਜਨਮ ਹੋਇਆ ਜਾਂ ਮੇਰਾ ਇਹ ਵਿਸ਼ਵਾਸ ਹੈ, ਪਰ ਮੈਂ ਇਹ ਦੇਖਿਆ ਕਿ ਜਦੋਂ ਜਦੋਂ ਤੁਸੀਂ ਸਿੱਖੀ ਨਾਲ ਜੁੜ ਜਾਓਗੇ ਅਸੀਂ ਜੁੜ ਸਕੀਏ। ਜੁੜਿਆ ਵੀ ਮੈਂ ਇਹ ਅਰਜ਼ ਕਰਾਂ ਕਿ ਜੁੜਿਆ ਵੀ ਕਿਰਪਾ ਤੋਂ ਬਿਨਾਂ ਜੁੜਿਆ ਨਹੀਂ ਜਾਂਦਾ, ਕਿਰਪਾ ਤੋਂ ਬਿਨਾਂ ਸਿੱਖੀ ਨਹੀਂ ਮਿਲਦੀ। ਬੜੇ ਵੱਡੇ ਭਾਗਾਂ ਨਾਲ ਇਹ ਮਨੁੱਖ ਜਨਮ ਮਿਲਿਆ, ਬੜੇ ਵੱਡੇ ਭਾਗਾਂ ਨਾਲ ਇਹ ਸਿੱਖੀ ਨਾਲ ਆਪਾਂ ਜੁੜੇ ਹਾਂ, ਉਸ ਗੁਰਬਾਣੀ ਨਾਲ ਜੁੜੇ ਹਾਂ ਜਿਹੜੀ ਜਦੋਂ ਉਚਾਰੀ ਗਈ ਸੀ ਉਦੋਂ ਵੀ ਸੱਚ ਹੈ, ਅੱਜ ਵੀ ਸੱਚ ਹੈ, ਜਦੋਂ ਤੱਕ ਇਹ ਦੁਨੀਆ ਰਹਿਣੀ ਉਹ ਗੁਰਬਾਣੀ ਸੱਚ ਰਹਿਣੀ ਹੈ। ਸੋ ਆਪਾਂ ਝੂਠ ਨੂੰ ਛੱਡ ਕੇ ਉਸ ਸੱਚ ਨਾਲ ਜੁੜੀਏ। ਜਿਹੜਾ ਬੱਚਾ, ਜਿਹੜਾ ਸਿੱਖ ਗੁਰਬਾਣੀ ਨਾਲ ਜੁੜ ਜਾਏਗਾ, ਨਾਮ ਨਾਲ ਜੁੜ ਜਾਏਗਾ, ਸਿੱਖੀ ਨਾਲ ਜੁੜ ਜਾਏਗਾ, ਅਸੀਂ ਦੁੱਖ ਵਿੱਚ ਵੀ ਸੁਖੀ ਰਹਾਂਗੇ। ਕਿਉਂਕਿ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਸੁੱਖ ਦੁੱਖ ਤਾਂ ਕੱਪੜੇ ਨੇ, ਜਦੋਂ ਆਪਾਂ ਮਨੁੱਖਾ ਜਨਮ 'ਚ ਆਏ ਹਾਂ ਸੁੱਖ ਦੁੱਖ ਆਉਣੇ ਹੀ ਆਉਣੇ ਨੇ, ਪਰ ਜਦੋਂ ਆਪਾਂ ਦੁੱਖ ਨੂੰ ਵੀ ਸੁੱਖ ਕਰਕੇ ਉਹਨੂੰ ਵੀ ਆਪਾਂ ਅੰਮ੍ਰਿਤ ਕਰਕੇ ਪੀ ਸਕਦੇ ਹਾਂ, ਜੇ ਅਸੀਂ ਗੁਰਬਾਣੀ ਨਾਲ ਜੁੜੇ ਹਾਂ, ਜੇ ਅਸੀਂ ਨਾਮ ਨਾਲ ਜੁੜੇ ਹਾਂ, ਜੇ ਅਸੀਂ ਸਿੱਖੀ ਨਾਲ ਜੁੜੇ ਹਾਂ। ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰੋ ਇਹ ਮਾਇਆ ਨਾਲੋਂ ਟੁੱਟ ਕੇ, ਉਹ ਜਿਹੜੀ ਸਿੱਖੀ ਹੈ ਬਹੁਤ ਵਡਮੁੱਲੀ ਹੈ, ਉਹਦੇ ਨਾਲ ਅਸੀਂ ਜੁੜੀਏ। ਗੁਰਲਾਲ ਨੇ ਆਨੰਦ ਕਾਰਜਾਂ ਦੀ ਗੱਲ ਕੀਤੀ ਸੀ ਕਿ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਆਨੰਦ ਕਾਰਜ ਸ਼ੁਰੂ ਕੀਤੇ। ਮੇਰੇ ਮਨ ਵਿੱਚ ਆਉਂਦਾ ਸੀ ਜੋ ਕਿਰਪਾ ਕੀਤੀ ਦਸਵੇਂ ਪਾਤਸ਼ਾਹ ਨੇ, ਜਾਤ ਪਾਤ ਤੋੜ ਕੇ ਅੰਮ੍ਰਿਤ ਛਕਾਇਆ, ਸਤਿਗੁਰੂ ਰਾਮ ਸਿੰਘ ਨੇ ਜਾਤਾਂ ਪਾਤਾਂ ਤੋੜ ਕੇ ਉਹ ਆਨੰਦ ਕਾਰਜ ਕੀਤੇ, ਉਹ ਬਖਸ਼ਿਸ਼ ਕੀਤੀ, ਉਹ ਜਾਤਾਂ ਪਾਤਾਂ ਤੋੜ ਕੇ ਸਤਿਗੁਰੂ ਰਾਮ ਸਿੰਘ ਨੇ ਉਹ ਆਨੰਦ ਕੀਤੇ। ਸਤਿਗੁਰੂ ਰਾਮ ਸਿੰਘ ਨੇ ਵਾਧੂ ਖਰਚਿਆਂ ਤੋਂ ਸਾਨੂੰ ਹਟਾਇਆ, ਵਾਧੂ ਵਿਖਾਵਿਆਂ ਤੋਂ ਸਾਨੂੰ ਹਟਾਇਆ। ਬੜੀ ਵੱਡੀ ਚੀਜ਼ ਹੈ, ਅੱਜ ਸਮਾਜ ਵਿੱਚ ਸਮਝਦੇ ਨਹੀਂ ਜਿਹੜੇ ਮੇਰੇ ਉਮਰ ਦੇ ਨੇ, ਜਿਨ੍ਹਾਂ ਨੇ ਦੇਖਿਆ ਕਿ ਵਿਧਵਾ ਦਾ ਕੀ ਹਾਲਤ ਹੁੰਦੀ ਸੀ, ਸ਼ਾਇਦ ਉਹ ਸਮਝਦੇ ਨੇ ਸੱਚੇ ਪਾਤਸ਼ਾਹ ਨੇ ਵਿਧਵਾ ਵਿਆਹ ਕੀਤੇ। ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਉਹ ਮਾਈਆਂ ਜਿਨ੍ਹਾਂ ਦਾ ਵਿਸ਼ੇ ਵਿਕਾਰ ਨਾਲ ਕੋਈ ਮਤਲਬ ਨਹੀਂ ਸੀ, ਹੁਕਮ ਮੰਨ ਕੇ ਉਹਨਾਂ ਨੇ ਵਿਆਹ ਕਰਾਏ। ਕਿਸ ਕਰਕੇ? ਇਹ ਕੁਛ ਰਸਮਾਂ ਤੋੜਨੀਆਂ ਪੈਂਦੀਆਂ ਨੇ, ਸਮਾਜ ਵਿੱਚ ਕਈ ਰਸਮਾਂ ਬਣ ਜਾਂਦੀਆਂ ਨੇ। ਅਸੀਂ ਇਹ ਕਹਿੰਦੇ ਹਾਂ ਕਿ ਰਸਮਾਂ ਰਿਵਾਜ ਰੱਖਣੇ ਬੜੇ ਜ਼ਰੂਰੀ ਨੇ, ਕਈ ਵਾਰੀ ਉਹ ਰਸਮਾਂ ਰਿਵਾਜ ਤੋੜਨੇ ਵੀ ਬੜੇ ਜ਼ਰੂਰੀ ਨੇ। ਸੋ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਵਿਧਵਾ ਵਿਆਹ ਕਰਕੇ ਵਿਧਵਾ ਨੂੰ ਸਤਿਕਾਰ ਦਿੱਤਾ। ਇੱਕ ਬੀਬੀ ਜੀ ਨੇ, ਮੈਂ ਨਾਮ ਨਹੀਂ ਉਹਨਾਂ ਦਾ ਲੈ ਸਕਦਾ ਕਿਉਂਕਿ ਅਸੀਂ ਸਤਿਕਾਰ ਕਰਦੇ ਹਾਂ, ਉਹ ਵਿਧਵਾ ਹੋ ਗਏ, ਉਹ ਭੈਣੀ ਸਾਹਿਬ ਰਹਿੰਦੇ ਨੇ। ਉਹਨਾਂ ਨੇ ਕਿਹਾ ਮੈਂ ਇੱਥੇ ਆ ਕੇ ਬਚ ਗਈ ਹਾਂ, ਮੈਨੂੰ ਇੱਥੇ ਉਹ ਸਤਿਕਾਰ ਮਿਲਦਾ ਜੋ ਕਿਸੇ ਵੀ ਧੀ ਭੈਣ ਨੂੰ ਮਿਲਦਾ। ਜੇ ਮੈਂ ਆਪਣੇ ਘਰ ਰਹਿ ਜਾਂਦੀ, ਉਹ ਪੰਜਾਬ ਤੋਂ ਬਾਹਰ ਦੇ ਨੇ, ਜੇ ਮੈਂ ਆਪਣੇ ਘਰ ਰਹਿ ਜਾਂਦੀ ਤਾਂ ਮੈਨੂੰ ਕਿਸੇ ਨੇ ਬੁਲਾਉਣਾ ਨਹੀਂ ਸੀ, ਮੈਨੂੰ ਚੰਗਾ ਕੱਪੜਾ ਪਾਉਣ ਨੂੰ ਨਹੀਂ ਸੀ ਮਿਲਣਾ, ਮੈਨੂੰ ਚੰਗੀ ਰੋਟੀ ਖਾਣ ਨੂੰ ਨਹੀਂ ਸੀ ਮਿਲਣੀ। ਉਹ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਵਿਧਵਾ ਨੂੰ ਵੀ ਸਤਿਕਾਰ ਦਿੱਤਾ, ਉਹ ਵਿਧਵਾ ਦੇ ਵੀ ਦੁਬਾਰਾ ਵਿਆਹ ਕੀਤੇ। ਕਿਉਂਕਿ ਆਪਾਂ ਅੱਜ ਸੋਚ ਵੀ ਨਹੀਂ ਸਕਦੇ ਕਿ 5 ਸਾਲ ਦੇ, 7 ਸਾਲ ਦੇ, 8 ਸਾਲ ਦੇ ਵਿਆਹ ਹੋ ਜਾਂਦੇ ਸੀ, ਕਿ ਮਕਲਾਵਾ ਆਉਣ ਤੋਂ ਪਹਿਲਾਂ ਹੀ ਕਈਆਂ ਦੀ ਮੌਤ ਹੋ ਜਾਂਦੀ ਸੀ ਅਤੇ ਉਹ ਵਿਧਵਾ ਹੋ ਜਾਂਦੀਆਂ ਸੀ। ਉਹਨਾਂ ਨੂੰ ਨੈਸ਼ ਕਰਕੇ ਮੰਨਿਆ ਜਾਂਦਾ ਸੀ, ਉਹਨਾਂ ਨੂੰ ਪਿੰਡ 'ਚ ਨਹੀਂ ਸੀ ਵੜਨ ਦਿੱਤਾ। ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜੋ ਸਮਾਜਿਕ ਪਰ ਉਪਕਾਰ ਕੀਤੇ ਨੇ,
ਉਹਨਾਂ ਦਾ ਤਾਂ ਅਸੀਂ ਦੇਣਾ ਕਦੀ ਦੇ ਹੀ ਨਹੀਂ ਸਕਦੇ। ਸੋ ਉਹ ਸਤਿਗੁਰੂ ਸੱਚ ਪਾਤਸ਼ਾਹ ਕਿਰਪਾ ਕਰਨ, ਉਹਨਾਂ ਦੇ ਉਪਦੇਸ਼ ਸਾਡੇ ਮਨ ਵਿੱਚ ਵੱਸਣ। ਮੈਂ ਫਿਰ ਅਰਜ਼ ਕਰਾਂਗਾ ਕਿ ਜਿਸ ਤਰ੍ਹਾਂ ਅਸੀਂ ਨਾਮ ਬਾਣੀ ਨਾਲ ਜੁੜਾਂਗੇ, ਅਸੀਂ ਸਿੱਖੀ ਨਾਲ ਜੁੜਾਂਗੇ, ਸਾਡਾ ਹਿਰਦਾ ਨਿਰਮਲ ਹੋਏਗਾ। ਇੱਕ ਮੈਂ ਸਾਧ ਸੰਗਤ ਜੀ ਸਾਰਿਆਂ ਕੋਲ ਅਰਜ਼ ਕਰਦਾ, ਤਕੜੇ ਹੋ ਕੇ ਨਿੰਦਿਆ ਤੋਂ ਬਚ ਕੇ ਰਹੋ। ਨਿੰਦਿਆ ਦਾ ਬਹੁਤ ਜ਼ਿਆਦਾ ਚੱਲੀ ਹੈ, ਮੈਂ ਖਾਸ ਕਰਕੇ ਸ਼ਾਇਦ ਸਿੱਖਾਂ ਵਿੱਚ ਜ਼ਿਆਦਾ ਪ੍ਰਚਾਰ ਹੋ ਗਿਆ। ਜੇ ਅਸੀਂ ਯੂਟਿਊਬ 'ਚ ਸਿੱਖੀ ਚੈਨਲ ਦੇਖੀਏ ਕਿ ਅਸੀਂ ਇੱਕ ਦੂਜੇ ਦੀ ਨਿੰਦਿਆ ਹੀ ਕਰਦੇ ਹਾਂ, ਜਦੋਂ ਕਿ ਸਾਨੂੰ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਰ ਵਾਰ ਇਹ ਹੁਕਮ ਕੀਤਾ ਕਿ ਨਿੰਦਿਆ ਤਾਂ ਮੂਰਖ ਕਰਦੇ ਨੇ, ਕਿਸੇ ਦੀ ਨਿੰਦਿਆ ਨਾ ਕਰੀਏ। ਬੜੀ ਵੱਡਾ ਜ਼ਿੰਦਗੀ ਵਿੱਚ ਸੁਧਾਰ ਆ ਜਾਂਦਾ ਜੇ ਅਸੀਂ ਕਿਸੇ ਦੀ ਨਿੰਦਿਆ ਹੀ ਕਰਨੀ ਛੱਡ ਦਈਏ, ਆਪਣਾ ਆਪ ਦੇਖ ਲਈਏ। ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਹੈ, ਸੱਚ ਪਾਤਸ਼ਾਹ ਬਚਨ ਕਰਦੇ ਸੀ, ਜੇ ਕਿਸੇ ਦਾ ਲੈਣਾ ਗੁਣ ਲੈ ਲਓ, ਔਗਣਾਂ ਦਾ ਭੰਡਾਰ ਤਾਂ ਆਪਣੇ ਅੰਦਰ ਹੀ ਬੜਾ, ਉਹ ਹੀ ਦੇਖ ਲਓ। ਜੇ ਆਪਾਂ ਕੁਛ ਗ੍ਰਹਿਣ ਕਰਨਾ ਤਾਂ ਕਿਸੇ ਦਾ ਗੁਣ ਗ੍ਰਹਿਣ ਕਰ ਲਓ। ਸੋ ਉਹਨਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਇੱਕ ਵਾਰੀ ਨਮਸਕਾਰ ਕਰ ਲਈਏ, ਜਿਨ੍ਹਾਂ ਨੇ ਸਾਨੂੰ ਆਪਣੀ ਗੋਦੀ ਦਾ ਇਹ ਨਿੱਘ ਮਾਨਣ ਦਾ ਮੌਕਾ ਦਿੱਤਾ, ਜਿਨ੍ਹਾਂ ਨੇ ਸਾਨੂੰ ਇਸ ਸਿੱਖੀ ਨਾਲ ਜੋੜ ਕੇ ਰੱਖਿਆ, ਬੜੇ ਹੀ ਪਿਆਰ ਨਾਲ ਜੋੜ ਕੇ ਰੱਖਿਆ, ਸਾਡੇ ਔਗਣ ਨਾ ਦੇਖਦਿਆਂ ਹੋਇਆਂ ਫਿਰ ਵੀ ਸਾਨੂੰ ਪਿਆਰ ਦਿੱਤਾ। ਇੱਕ ਵਾਰੀ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਸਤਿ ਸ਼੍ਰੀ ਅਕਾਲ ਜੀ।